ਅੰਮ੍ਰਿਤਸਰ ਦੇ ਨਗਰ ਨਿਗਮ ਕਮਿਸ਼ਨਰ ਦਫ਼ਤਰ ਦੀਆਂ ਨੇ ਜਿੱਥੇ ਇਹ ਜੰਮ ਕੇ ਹੰਗਾਮਾ ਹੋਇਆ। ਦਰਅਸਲ ਮਨਦੀਪ ਸਿੰਘ ਮੰਨਾ ਦਾ ਆਪਣੇ ਇੱਕ ਪੁਰਾਣੇ ਸਾਥੀ ਦੇ ਨਾਲ ਵਿਵਾਦ ਹੋ ਗਿਆ, ਅੰਮ੍ਰਿਤਪਾਲ ਸਿੰਘ ਬਬਲੂ ਦੇ ਨਾਲ ਉਸ ਦਾ ਵਿਵਾਦ ਹੋ ਗਿਆ ਏ, ਜਿਸ ਨੇ ਮੰਨਾ ਤੇ ਸਵਾਲ ਚੁੱਕ ਦਿੱਤੇ। ਦਰਅਸਲ ਮਨਦੀਪ ਸਿੰਘ ਮੰਨਾ ਅੰਮ੍ਰਿਤਸਰ ਦੇ ਵਿੱਚ ਨਗਰ ਨਿਗਮ ਦਫ਼ਤਰ ਪਹੁੰਚੇ ਸਨ। ਇਸ ਦੌਰਾਨ ਇੱਕ ਸਾਲ ਤੋਂ ਬੰਦ ਪਏ BRTS ਬੱਸ ਸਰਵਿਸ ਨੂੰ ਲੈ ਕੇ ਜਿਹੜੇ ਬੇਰੁਜ਼ਗਾਰ ਹੋਏ ਮੁਲਾਜ਼ਮ ਨੇ ਉਹਨਾਂ ਦੇ ਮੰਗ ਪੱਤਰ ਦੇ ਨਾਲ ਉਹ ਨਗਰ ਨਿਗਮ ਕਮਿਸ਼ਨਰ ਦੇ ਦਫ਼ਤਰ ਪਹੁੰਚੇ ਸਨ ਮੰਗ ਪੱਤਰ ਦੇਣ ਦੇ ਲਈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਬਬਲੂ ਵੀ ਉੱਥੇ ਪਹੁੰਚ ਗਿਆ, ਜਿਸ ਨੇ ਮਨਦੀਪ ਸਿੰਘ ਮੰਨਾ ਦਾ ਵਿਰੋਧ ਕਰ ਦਿੱਤਾ ਅਤੇ ਉਸ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਜਿਸ ਤੋਂ ਬਾਅਦ ਮਨਦੀਪ ਸਿੰਘ ਮੰਨਾ ਦੇ ਨਾਲ ਆਏ ਸਾਥੀਆਂ 'ਤੇ ਇਲਜ਼ਾਮ ਹੈ ਕਿ ਉਸ 'ਤੇ ਅਟੈਕ ਕਰ ਦਿੱਤਾ। ਹਾਲਾਂਕਿ ਦੋਵਾਂ ਆਗੂਆਂ ਦੇ ਵੱਲੋਂ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਆਪਣੇ ਆਪ ਨੂੰ ਸਹੀ ਠਹਿਰਾਇਆ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਨਗਰ ਨਿਗਮ ਕਮਿਸ਼ਨਰ ਦਫ਼ਤਰ ਦੀਆਂ ਨੇ, ਜਿੱਥੇ ਜੰਮ ਕੇ ਹੰਗਾਮਾ ਹੋਇਆ। ਮਨਦੀਪ ਸਿੰਘ ਮੰਨਾ ਦੇ ਸਾਥੀਆਂ 'ਤੇ ਅੰਮ੍ਰਿਤਪਾਲ ਸਿੰਘ ਦੇ ਅਟੈਕ ਕਰਨ ਦੇ ਇਲਜ਼ਾਮ ਲੱਗੇ ਨੇ, ਹਮਲਾ ਕਰਨ ਦੇ ਇਲਜ਼ਾਮ ਲੱਗੇ ਨੇ। ਦਰਅਸਲ ਅੰਮ੍ਰਿਤਸਰ ਦੇ ਵਿੱਚ BRTC ਇੱਕ ਪ੍ਰੋਜੈਕਟ ਸੀ ਬੱਸਾਂ ਦਾ, ਜੋ ਬੰਦ ਕਰ ਦਿੱਤਾ ਗਿਆ ਸੀ। ਇੱਕ ਸਾਲ ਦੇ ਕਰੀਬ ਸਮਾਂ ਹੋ ਗਿਆ ਏ ਅਤੇ ਬਹੁਤ ਸਾਰੇ ਮੁਲਾਜ਼ਮ ਜਿਹੜੇ ਨੇ ਉਹ ਬੇਰੁਜ਼ਗਾਰ ਹੋ ਗਏ ਨੇ ਅਤੇ ਉਹਨਾਂ ਮੁਲਾਜ਼ਮਾਂ ਨੂੰ ਜਿਹੜੇ ਬੇਰੁਜ਼ਗਾਰ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਨਾਲ ਲੈ ਕੇ ਮਨਦੀਪ ਸਿੰਘ ਮੰਨਾ ਨਗਰ ਨਿਗਮ ਕਮਿਸ਼ਨਰ ਦੇ ਦਫ਼ਤਰ ਪਹੁੰਚੇ ਸਨ। ਤਾਂ ਇਸ ਦੌਰਾਨ ਅੰਮ੍ਰਿਤਪਾਲ ਸਿੰਘ ਵੀ ਉੱਥੇ ਪਹੁੰਚ ਗਿਆ, ਜਿਸ ਨੇ ਮਨਦੀਪ ਮੰਨਾ ਦਾ ਵਿਰੋਧ ਕਰ ਦਿੱਤਾ ਅਤੇ ਮਨਦੀਪ ਮੰਨਾ ਨੂੰ
ਬਲੈਕਮੇਲ ਤਾਂ ਕਹਿ ਦਿੱਤਾ ਕਿ ਇਹ ਬਲੈਕਮੇਲਿੰਗ ਕਰਦਾ ਹੈ। ਜਿਸ ਤੋਂ ਬਾਅਦ ਮਨਦੀਪ ਮੰਨਾ ਦੇ ਸਾਥੀਆਂ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਖਿੱਚਤੂ ਕੀਤੀ ਗਈ, ਅਟੈਕ ਕੀਤਾ ਗਿਆ ਇਲਜ਼ਾਮ ਨੇ। ਹਾਲਾਂਕਿ ਜੰਮ ਕੇ ਹੰਗਾਮਾ ਹੋਇਆ, ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕਿਸ ਢੰਗ ਦੇ ਨਾਲ ਨਗਰ ਨਿਗਮ ਕਮਿਸ਼ਨਰ ਦਫ਼ਤਰ ਦੇ ਵਿੱਚ ਇਹ ਹੰਗਾਮਾ ਹੋਇਆ ਹੈ। ਸਰਜੀਤ, ਇੱਕ ਸਾਲ ਤੁਸੀਂ ਦਰ ਦਰ ਧੱਕੇ ਖਾ ਰਹੇ ਹੋ। ਇਹੋ ਜਿਹਾ ਕੋਈ MLA, ਕੋਈ MP ਨਹੀਂ, ਕੋਈ ਸੈਕਟਰੀ ਨਹੀਂ, ਕੋਈ ਚੀਫ ਸੈਕਟਰੀ ਨਹੀਂ। ਸਾਡੇ ਕੋਲ ਰਿਟਨ ਪ੍ਰੂਫ ਹੈ, ਕੱਲੇ ਕੱਲੇ ਨੂੰ ਅਸੀਂ ਲੈਟਰ ਦੇ ਕੇ ਆਏ। ਸਾਡੀ ਸੁਣਵਾਈ ਨਹੀਂ ਹੋਈ, ਪਰ ਅਸੀਂ ਆਪ ਜਾ ਕੇ ਮੰਨਾ ਜੀ ਕੋ ਗਏ ਆ, ਕਿਉਂਕਿ ਮੰਨਾ ਜੀ ਸਾਡੀ ਹੱਥੋਂ ਤੱਕ ਇਸ ਕਰਕੇ ਨੋਬਤ ਆਈ ਕਿਉਂਕਿ ਜੇ ਮੰਨਾ ਜੀ ਸਾਡੇ ਹੱਕ ਚ ਖਲੋਤੇ ਆ। 1500 ਰੁਜ਼ਗਾਰ ਆ, 1500 ਮੁਲਾਜ਼ਮ ਸਾਡਾ, ਸਾਡੀਆਂ ਧੀਆਂ ਭੈਣਾਂ ਜਿਨ੍ਹਾਂ ਦੇ ਹਸਬੈਂਡ ਨਹੀਂ ਹੈਗੇ, ਕਿਤੇ ਭਰਾ ਨਹੀਂ ਹੈਗਾ, ਉਹ ਕਿੱਥੋਂ ਰੋਟੀ ਖਾਣਗੇ? ਅਗਰ ਅੱਜ ਭਾਈ ਸਾਹਿਬ ਨੂੰ ਇਹ ਪਤਾ ਲੱਗਾ ਤਾਂ ਭਾਈ ਸਾਹਿਬ ਉਦੋਂ ਸਾਡੀ ਕਿਉਂ ਨੀ ਸਾਰ ਲਈ? ਸਰਦਾਰ ਦਮਨਦੀਪ ਸਿੰਘ ਨੇ ਮੁੱਦਾ ਚੁੱਕਿਆ ਸੀਗਾ, ਅਸੀਂ ਸਰਦਾਰ ਆਪਣਾ ਦਮਨਦੀਪ ਨਾਲ ਗੱਲ ਕੀਤੀ, ਅਸੀਂ ਫਿਰ ਮੰਨਾ ਜੀ ਨੇ ਮੁੱਦਾ ਚੁੱਕਿਆ, ਦਮਨਦੀਪ ਕੌਂਸਲਰ ਸਾਹਿਬ ਜਿਹੜੇ ਸੀਗੇ, ਹਾਂਜੀ ਉਹਨਾਂ ਨੇ ਮੁੱਦਾ ਚੁੱਕਿਆ। ਕਿਉਂ ਚੁੱਕਿਆ? ਕਿਉਂਕਿ 1500 ਘਰ ਜਾ ਇਸ ਉੱਪਰ ਜਿਹੜਾ ਤੂੰ ਰੋਟੀ ਖਾਂਦਾ, ਮਹਾਜਾ ਕੀ 12-13 ਹਜ਼ਾਰ ਰੁਪਏ ਤਨਖਾਹ ਵਾ ਯਾਰ? ਜੇ ਸਰਕਾਰ 12-13 ਹਜ਼ਾਰ ਨਹੀਂ ਦੇ ਸਕਦੀ, ਜਿਹੜੇ ਅੰਦਰ ਬੀਬੀ ਮੈਚੇ ਬੈਠੇ ਆ 20-25 ਹਜ਼ਾਰ ਰੁਪਇਆ ਕਿਉਂ ਲੈਣ ਡਿਆ? ਮੈਨੂੰ ਇਸ ਚੀਜ਼ ਦਾ ਜਵਾਬ ਚਾਹੀਦਾ। 90 ਲੱਖ ਰੁਪਈਆ ਬਜਟ ਆ ਰਿਹਾ ਮਹੀਨੇ ਦਾ, 90 ਲੱਖ ਰੁਪਈਆ। ਅਸੀਂ ਇੱਕ ਸਾਲ ਹੋ ਗਿਆ ਦਰ ਦਰ ਧੱਕੇ ਖਾਂਦੇ ਆ। ਸਾਨੂੰ ਇੱਕ ਬੰਦਾ ਦੱਸ ਦਿਆ ਜਿਹਨੇ ਸਾਡੇ ਨਾਲ ਮੋੜੇ ਦਾ ਮੋੜਾ ਲਾਇਆ। ਜੇ ਸਾਡੇ 'ਚ ਮੋੜੇ ਦਾ ਮੋੜਾ ਲਾ ਲਿਆ ਤਾਂ ਕੀ ਗੱਲ, ਲੋਕਾਂ ਨੂੰ ਤਕਲੀਫ ਹੋ ਗਈ ਆ? ਕਸੂਰ ਭਾਈ, ਤੂੰ ਤੇ ਕਸੂਰ ਇਹਦੇ ਵਿੱਚ, ਹੋਰ ਤੁਹਾਡੇ ਸਰਕਾਰ ਕਸੂਰੀ ਸਰਕਾਰ ਦਾ, ਜਦੋਂ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਪਈ, ਇੱਕ ਸਾਲ ਤੋਂ ਧੱਕੇ ਖਾ ਰਹੇ ਆਪਾਂ। ਤੇ ਜੇ ਆਪਾਂ ਮੰਤਰੀ ਸਾਹਿਬ ਕੋਲ ਚੱਲ ਜਾ, ਚੀਫ ਸੈਕਟਰੀ ਕੋਲ ਚੱਲ ਜਾ, ਸਾਰੀ ਗੱਲ ਮੁੱਕੀ ਚੀਫ ਸੈਕਟਰੀ ਸਾਹਿਬ ਤੇ। ਜਦੋਂ ਚੀਫ ਸੈਕਟਰੀ ਆਪਾਂ ਮਿਲ ਕੇ ਖੁਦ ਆਏ, ਉਹਨਾਂ ਨੇ ਇਹ ਵੀ ਸਾਨੂੰ ਗੱਲ ਕਹੀ ਸੀ ਜਿਹੜਾ 500 ਕਰੋੜ ਦਾ ਪ੍ਰੋਜੈਕਟ ਆ, 2-4-5 ਕਰੋੜ ਕਰਕੇ ਇਹ ਬੰਦ ਨਹੀਂ ਹੋਏਗਾ। ਪਰ ਕਦੋਂ? ਮੈਨੂੰ ਇਸ ਚੀਜ਼ ਦਾ ਜਵਾਬ ਚਾਹੀਦਾ, ਕਦੋਂ ਚੱਲੂਗਾ? ਇਹਨੇ ਲੋਕਾਂ ਦਾ ਰੁਜ਼ਗਾਰ ਕਦੋਂ ਮਿਲੂਗਾ? ਦੇਖੋ, ਬਿਲਕੁਲ ਉਹ ਬੇਰੁਜ਼ਗਾਰ ਲੋਕ ਆਪਣੇ ਮਸਲੇ ਲੈ ਕੇ ਇੱਥੇ ਆਏ ਨੇ। ਜੇ ਕੋਈ ਬੰਦਾ ਇਹਨੂੰ ਸਿਆਸੀ ਮੰਚ ਬਣਾਉਣਾ ਚਾਹੀਦਾ ਤੇ ਉਹ ਬਾਹਰ ਸੀਗਾ, ਉਹਨਾਂ ਦੇ ਕੰਮ 'ਚ ਖੱਲਲ ਪਾਉਣਾ। ਪਰ ਜੇ ਮਤਲਬ ਫਿਰ ਵੀ ਇਹ ਕਾਨੂੰਨ ਦੇ ਅਨੁਸਾਰ ਆਪਣਾ ਮੈਮੋਰੈਂਡਮ ਦੇਣ ਲਈ ਇੱਥੇ ਆਏ ਨੇ, ਲੋਕ ਆਪਣੀ ਨੌਕਰੀ ਮੰਗਣ ਲਈ ਆਏ ਨੇ, ਔਰ ਉਹਨਾਂ ਲੋਕਾਂ ਦੇ ਵੀ ਤੁਸੀਂ ਵਿਰੋਧ ਦੇ ਵਿੱਚ ਆ ਜਾਓ, ਉਹ ਲੋਕਾਂ ਦਾ ਗੁੱਸਾ। ਪਰ ਉਹਨਾਂ ਨੂੰ ਬਿਲਕੁਲ ਕਿਹਾ ਗਿਆ ਕਿ ਕਿਸੇ ਨਾਲ ਮਾੜਾ ਚੰਗਾ ਨਹੀਂ ਬੋਲਣਾ, ਕਿਸੇ ਦੇ ਨਾਲ ਘੁੱਟ ਚਲਾਕੀ ਨਹੀਂ ਕਰਨੀ ਚਾਹੀਦੀ। ਬਿਲਕੁਲ ਸ਼ਾਂਤ ਬਾਈ, ਤੁਸੀਂ ਮੈਨੂੰ ਦੱਸ ਦਿਓ, ਇਹਨਾਂ ਲੋਕਾਂ ਦੇ ਨਾਲ ਤੁਸੀਂ ਅੰਦਰ ਗਏ, ਇਹਨਾਂ ਲੋਕਾਂ ਨੂੰ ਤੁਸੀਂ ਇੱਥੇ ਮਿਲ ਰਹੇ ਹੋ, ਇਹਨਾਂ ਨੂੰ ਕੀ ਵਿਰੋਧ ਹੋਇਆ? ਜਾਣ ਬੁੱਝ ਕੇ ਕੀਤਾ ਗਿਆ। ਮੈਨੂੰ ਨਹੀਂ ਪਤਾ ਕਿ ਮੇਰੇ
ਮੇਰੇ ਨਾਲ ਕਿਸੇ ਨੂੰ ਕੋਈ ਅਲਰਜੀ ਹੈ ਤੇ ਮੇਰੇ ਨਾਲ ਤੁਸੀਂ ਬਾਹਰ ਕੱਢ ਸਕਦੇ ਹੋ। ਮੇਰੇ ਨਾਲ ਤੁਹਾਨੂੰ ਕੋਈ ਦਿੱਕਤ ਹੈ ਤੇ ਤੁਸੀਂ ਮੇਰੇ ਨਾਲ ਬਾਹਰ ਗੱਲ ਕਰ ਸਕਦੇ ਹੋ। ਤੁਸੀਂ ਆਪਣਾ ਮੰਚ, ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ, ਤੁਸੀਂ ਉਹਦੇ ਤੇ ਗੱਲ ਰੱਖ ਸਕਦੇ ਹੋ। ਉਹ ਲੋਕ ਝੋਲੀ ਅੱਡ ਕੇ ਭੀਖ ਮੰਗਣ ਆਏ ਨੇ ਤੇ ਤੁਸੀਂ ਉਹਨਾਂ ਦਾ ਵਿਰੋਧ ਕਰ ਗਾਲਾਂ ਜਿੰਨੇ ਵੀ ਕੱਢੀਆਂ ਜੀ, ਜੇ ਹੱਥ ਚਲਾਕੀ ਹੋਈ ਆ ਤੇ ਬੇਹੱਦ ਮੰਦ ਭਾਗੀ।